ਜਿੱਦਾਂ ਕਿ ਸਾਰਿਆਂ ਦੀ ਇੱਕ ਡ੍ਰੀਮ ਡੈਸਟੀਨੇਸ਼ਨ ਹੈਗੀ ਹੈ ਜ਼ਿਆਦਾਤਰ ਬੱਚਿਆਂ ਵਾਸਤੇ ਸਟੱਡੀ ਕਰਨ ਵਾਸਤੇ। ਸੋ ਉਹਨਾਂ ਦੇ ਵੱਲੋਂ ਇਹ ਬਹੁਤ ਵੱਡੀ ਗੁੱਡ ਨਿਊਜ਼ ਆਈ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ, ਚਾਹੇ ਤੁਸੀਂ ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ ਜਾਂ ਟੂਰਿਸਟ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ, ਸਭ ਤੋਂ ਵੱਡਾ ਚੈਲੰਜ ਸਿਚੁਏਸ਼ਨ ਕੀ ਬਣਦਾ ਹੈ USA ਦੇ ਅੰਦਰ ਅਪੁਆਇੰਟਮੈਂਟਸ ਨੂੰ ਲੈ ਕੇ। ਸੋ ਅਪੁਆਇੰਟਮੈਂਟਸ ਨੂੰ ਲੈ ਕੇ ਉਹਨਾਂ ਨੇ ਆਪਣੀ ਇੱਕ ਬਹੁਤ ਵੱਡੀ ਅਪਡੇਟ ਦਿੱਤੀ ਹੈ ਔਰ ਉਹ ਅਪਡੇਟ ਇਹ ਹੈਗੀ ਹੈ ਕਿ ਮੰਥ ਐਂਡ ਯਾਨੀ ਕਿ ਇਸ ਮਹੀਨੇ ਦੇ ਐਂਡ ਵਿੱਚ ਯਾਨੀ ਕਿ ਮਈ ਦੇ ਮੰਥ ਦੇ ਐਂਡ ਵਿੱਚ ਉਹਨਾਂ ਨੇ ਨਿਊ ਸਲੋਟਸ ਓਪਨ ਕਰਨੇ ਨੇ ਸਟੂਡੈਂਟ ਵੀਜ਼ਾ ਵਾਸਤੇ ਵੀ ਔਰ ਟੂਰਿਸਟ ਵੀਜ਼ਾ ਵਾਸਤੇ ਵੀ। ਔਰ ਸੇਮ ਚੀਜ਼ ਉਹਨਾਂ ਨੇ ਕਹੀ ਹੈ ਕਿ ਆਉਣ ਵਾਲੇ ਜੂਨ ਦੇ ਮਹੀਨੇ ਵਿੱਚ ਵੀ ਉਹਨਾਂ ਨੇ ਹੋਰ ਜ਼ਿਆਦਾ ਨਵੇਂ ਸਲੋਟਸ ਓਪਨ ਕਰਨੇ ਆ, ਜਿਹੜਾ ਕਿ ਇੱਕ ਬਹੁਤ ਵੱਡੀ ਨਿਊਜ਼ USA ਦੇ ਵੱਲੋਂ ਅੱਜ ਆਈ ਹੈ। ਸੋ ਜਿਹੜੇ ਵੀ ਬੱਚੇ USA ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਆ, ਖਾਸ ਤੌਰ ਤੇ ਸਤੰਬਰ ਇਨਟੇਕ ਨੂੰ ਸਿਕਿਓਰ ਕਰਨਾ ਚਾਹੁੰਦੇ, ਅਗਰ ਉਹ ਬੱਚੇ ਅੱਜ ਹੀ ਆਪਣੇ ਪ੍ਰੋਸੈਸ ਨੂੰ ਸਟਾਰਟ ਕਰਾਉਂਦੇ ਨੇ ਤਾਂ ਉਹਨਾਂ ਵਾਸਤੇ ਸਭ ਤੋਂ ਵੱਡਾ ਮੇਜਰ ਬੈਨੀਫਿਟਸ ਕੀ ਮਿਲੇਗਾ ਕਿ ਉਹ ਵੀ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਨਵੀਂ ਅਪੁਆਇੰਟਮੈਂਟਸ ਓਪਨ ਹੋਣ ਜਾ ਰਹੀਆਂ ਨੇ ਉਹ ਵੀ ਆਪਣੀ ਅਪੁਆਇੰਟਮੈਂਟਸ ਉਹਦੇ ਵਿੱਚ ਰਹਿ ਕੇ ਸਿਕਿਓਰ ਕਰ ਸਕਦੇ ਨੇ ਔਰ ਆਪਣੇ ਸਤੰਬਰ ਇਨਟੇਕ ਨੂੰ ਵੀ ਸਿਕਿਓਰ ਕਰ ਪਾਉਣਗੇ। ਸੋ ਅਗਰ ਤੁਸੀਂ ਵੀ ਆਪਣਾ USA ਦਾ ਵੀਜ਼ਾ ਕਰਨਾ ਚਾਹੁੰਦੇ ਹੋ ਔਰ ਆਪਣੇ ਕੇਸ ਨੂੰ ਪ੍ਰੋਸੈਸ ਨੂੰ ਸਟਾਰਟ ਕਰਨਾ ਚਾਹੁੰਦੇ ਹੋ, ਓਮ ਗਲੋਬਲ ਦੇ ਕਿਸੇ ਵੀ ਨੀਅਰੈਸਟ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ, ਚਾਹੇ ਤੁਸੀਂ IELTS ਕੀਤੀ ਹੈ, PTE ਕੀਤੀ ਹੈ ਜਾਂ ਨਹੀਂ ਕੀਤੀ, ਜੋ ਵੀ ਤੁਸੀਂ ਕੀਤਾ ਹੈ, ਲਾਈਕ ਤੁਹਾਡੀ ਸਟੱਡੀ ਦੇ ਵਿੱਚ ਗੈਪ ਪੈ ਚੁੱਕਿਆ ਹੈ, 12th ਵਿੱਚ ਕਰਨ ਤੋਂ ਬਾਅਦ ਵੀ ਗੈਪ ਪਈ ਹੈ, ਗ੍ਰੈਜੂਏਸ਼ਨ ਹੋ ਔਰ ਉਸ ਤੋਂ ਬਾਅਦ ਵੀ ਤੁਹਾਡੀ ਸਟੱਡੀ ਦੇ ਵਿੱਚ ਗੈਪ ਆਇਆ, ਸਟਿਲ ਤੁਸੀਂ ਆਪਣੇ ਸਤੰਬਰ ਇਨਟੇਕ ਨੂੰ ਸਿਕਿਓਰ ਕਰ ਸਕਦੇ ਹੋ। ਥੈਂਕ ਯੂ।